For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਸਤਿ ਸ਼੍ਰੀ ਅਕਾਲ ਏਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਨਿਧੀ ਨਹਰ ਬੁਲੇਟਿਨ ਦੀ ਸ਼ੁਰੂਆਤ ਕਰਦੀ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੋਂ। ਸੁਖਬੀਰ ਨੇ ਗਵਰਨਰ ਕੋਲ ਲਾਈ ਕੈਪਟਨ ਸਰਕਾਰ ਦੀ ਸ਼ਿਕਾਇਤ, ਗਵਰਨਰ ਨੂੰ ਸੌਂਪਿਆ ਯਾਦ ਪੱਤਰ, ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ। ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ, ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਲੈ ਕੇ ਕੀਤੀ ਚਰਚਾ, ਕਾਂਗਰਸ ਨੂੰ ਘੇਰਨ ਲਈ ਬਣਾਈ ਰਣਨੀਤੀ। ਗੁਰਦਾਸਪੁਰ ਦੇ ਪਿੰਡ ਜੋਗੇਵਾਲ ਬੇਦੀਆ ਦੇ ਗੁਰਦੁਆਰਾ ਸਾਹਿਬ ਨੂੰ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ। ਪੰਜਾਬ ਦੇ ਪਾਵਰ ਸਰਪਲਜ਼ ਸਟੇਟਸ ਨੂੰ ਪਾਵਰ ਕੌਮ ਦਾ ਝਟਕਾ, ਗਲਤ ਅੰਕੜੇ ਪੇਸ਼ ਕਰਕੇ ਸੂਬੇ ਨੂੰ ਦੱਸਿਆ ਗਿਆ ਬਿਜਲੀ ਸਰਪਲਜ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਅਕਾਲੀ ਦਲ ਤੇ ਬੀਜੇਪੀ ਨੇ ਸੁਖਬੀਰ ਬਾਦਲ ਤੇ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਗਵਰਨਰ ਨੂੰ ਯਾਦ ਪੱਤਰ ਸੌਂਪਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਰਖਾਸਤ ਕੀਤੀ ਜਾਵੇ ਕਿਉਂਕਿ ਪੰਜਾਬ ਵਿੱਚ ਮਾਈਨਿੰਗ ਦੀ ਲੁੱਟ ਤੋਂ ਲੈ ਕੇ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਕਿਸਾਨਾਂ ਦੀ ਕਰਜ਼ ਮਾਫ਼ੀ ਨਾ ਹੋਣ ਲਈ ਸਭ ਤੋਂ ਵੱਡਾ ਦੋਸ਼ੀ ਹੈ। ਮਨਪ੍ਰੀਤ ਬਾਦਲ ਝੂਠ ਬੋਲ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਖਿਲਾਫ਼ ਕਥਿਤ ਮਾਈਨਿੰਗ ਸਕੈਂਡਲ ਦੀ CBI ਤੇ ED ਜਾਂਚ ਦੀ ਮੰਗ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਦਲਿਤਾਂ ਤੇ ਅਤਿਆਚਾਰ ਹੋ ਰਹੇ ਨੇ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ, ਪੁਲਿਸ ਨੂੰ ਅਕਾਲੀ ਤੇ ਬੀਜੇਪੀ ਵਰਕਰਾਂ ਖਿਲਾਫ਼ ਨਿੱਜੀ ਫੋਰਸ ਵਾਂਗ ਵਰਤਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ BJP ਦੀ ਸਮੁੱਚੀ ਲੀਡਰਸ਼ਿਪ ਅੱਜ ਆਨਰੇਬਲ ਗਵਰਨਰ ਸਾਹਿਬ ਨੂੰ ਮਿਲੇ। ਅਸੀਂ ਤਾਂ ਸੋਚਿਆ ਸੀ ਕਿ 6 ਮਹੀਨੇ ਦੇਵਾਂਗੇ ਇਸ ਸਰਕਾਰ ਨੂੰ ਕਿਉਂਕਿ ਨਵੀਂ ਸਰਕਾਰ ਬਣੀ ਹੈ, ਪਰ 6 ਮਹੀਨੇ ਕੀ, 2 ਮਹੀਨਿਆਂ 'ਚ ਹੀ ਇਹਨਾਂ ਨੇ, ਸਰਕਾਰ ਨੇ, ਕੈਪਟਨ ਸਾਹਿਬ ਨੇ ਅਤੇ ਉਹਨਾਂ ਦੀ ਟੀਮ ਨੇ ਇੰਨੇ ਘਪਲੇ ਸ਼ੁਰੂ ਕਰ ਦਿੱਤੇ, ਵੰਡੇਟਾ ਪੋਲੀਟਿਕਸ ਸ਼ੁਰੂ ਕਰ ਦਿੱਤੀ ਅਤੇ ਜਿਹੜੇ ਵਾਅਦਿਆਂ ਕਰਕੇ ਉਹਨਾਂ ਨੇ ਸਰਕਾਰ ਬਣਾਈ, ਲੋਕਾਂ ਨੂੰ ਗੁੰਮਰਾਹ ਕੀਤਾ, ਉਹ ਸਾਰਿਆਂ ਤੋਂ ਮੁੱਕਰ ਗਏ। ਇੱਕ ਮੰਤਰੀ ਉਹਨਾਂ ਦੀ ਸਰਕਾਰ ਦਾ ਸਭ ਤੋਂ ਵੱਡਾ ਸੈਂਡ ਮਾਫੀਆ ਬਣ ਗਿਆ। ਅੱਜ ਜਿਹੜੀ ਸਰਕਾਰ ਹੈ, ਪਹਿਲੀ ਗੱਲ ਹੈ ਸੈਂਡ ਦੇ ਉੱਤੇ, ਜਿਹੜੇ ਰੇਤੇ 'ਤੇ ਪੂਰਾ ਕਬਜ਼ਾ ਕਾਂਗਰਸ ਦਾ, ਇਕੱਲੇ ਮੰਤਰੀ ਨਹੀਂ 12-13 ਇਹਨਾਂ ਦੇ MLA ਦਾ ਵੀ ਕਬਜ਼ਾ ਕਰਾ ਲਿਆ। ਕੰਪਲੀਟ ਸੈਂਡ ਮਾਫੀਆ ਕਾਂਗਰਸ, ਸ਼ਰਾਬ ਮਾਫੀਆ ਕਾਂਗਰਸ, 6 ਵੱਡੇ ਠੇਕੇਦਾਰਾਂ ਨੂੰ ਉਹਨਾਂ ਨੇ ਪੂਰਾ ਪੰਜਾਬ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਾਂਝਾ ਜਿਹੜਾ ਮੈਮੋਰੈਂਡਮ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਦੇ ਕੇ ਆਏ, ਜਿਹਦੇ 'ਚ ਅਸੀਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਰੇਤ ਦੇ ਮਾਮਲੇ ਦੇ ਵਿੱਚ ਇੱਕ ਘੁਟਾਲਾ ਉਜਾਗਰ ਹੋਇਆ ਔਰ ਹਾਲੇ ਤੱਕ ਅਸੀਂ ਜਿਸ ਸਰਕਾਰ, ਕੇਂਦਰ ਸਰਕਾਰ ਜਿਸ 'ਚ ਬੈਠੇ, 3 ਸਾਲ ਦਾ ਦਾਅਵਾ ਕਰਦੇ ਕਿ ਸਾਡੇ ਵੱਲ ਕੋਈ ਉਂਗਲ ਨਹੀਂ ਚੁੱਕ ਸਕਦਾ ਔਰ ਇਹਨਾਂ ਨੂੰ ਹਾਲੇ 3 ਮਹੀਨੇ ਨਹੀਂ ਪੂਰੇ ਹੋਏ ਅਤੇ ਘੁਟਾਲਿਆਂ 'ਤੇ ਘੁਟਾਲੇ ਚੱਲੇ ਆ। 17 ਬਿੱਡ ਜਿਹੜੀਆਂ ਉਹ ਸਿੰਗਲ ਬਿੱਡ ਦੇ ਉੱਤੇ ਹੋ ਜਾਂਦੀਆਂ, ਉਹਨਾਂ ਦੇ MLA ਲੈਂਦੇ ਆ, ਕੁੱਕ ਕਲਰਕ 84 ਤੱਕ ਦੇ ਜਿਹੜੇ ਆ ਕਰੋੜਾਪਤੀ ਬਣ ਕੇ ਬੈਠੇ ਆ। ਇੱਕ ਇਹ ਬਹੁਤ ਵੱਡਾ ਮੁੱਦਾ ਅਸੀਂ ਜਿਹਦੇ ਲਈ ਕਹਿ ਕੇ ਆਏ ਕਿ ਜਿਹੜਾ ਗਵਰਨਰ ਸਾਹਿਬ ਦੇ ਮੰਤਰੀ ਦੇ ਉੱਤੇ ਐਕਸ਼ਨ ਲੈ ਕੇ ਇਹਦੇ 'ਤੇ ਸਰਕਾਰ ਦੇ ਵਿੱਚ ਇਹਦੀ ਲੋਕਾਂ ਦੇ ਲਈ, ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨ ਦੇ ਲਈ ਅਸੀਂ ਸਰਕਾਰ ਦੇ ਵਿੱਚੋਂ ਮੰਤਰੀਆਂ ਨੂੰ ਬਰਖਾਸਤ ਕਰਨ ਦੇ ਲਈ ਅੱਗੇ ਜਿਹੜਾ ਜ਼ਰੂਰੀ ਕਦਮ ਚੁੱਕਣ। ਜਿੱਥੇ ਅਕਾਲੀ ਦਲ ਅਤੇ ਭਾਜਪਾ ਨੇ ਰਾਜਪਾਲ ਨੂੰ ਯਾਦ ਪੱਤਰ ਸੌਂਪਿਆ, ਉੱਥੇ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ, ਜਿਸ ਵਿੱਚ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ, ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਇਸ ਬੈਠਕ ਵਿੱਚ ਕਾਂਗਰਸ ਸਰਕਾਰ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਨ ਲਈ ਯੋਜਨਾ ਘੜਦੀ ਨਜ਼ਰ ਆਈ। ਇਸ ਬੈਠਕ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਬੈਠਕ ਦੇ ਏਜੰਡੇ ਬਾਰੇ ਦੱਸਿਆ, ਉੱਥੇ ਉਹਨਾਂ ਨੇ ਕੈਪਟਨ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲਿਆ।
देखो असल है कि मैं को आई एम नॉट वेल फीलिंग वेल तो इस करके शायद मैं ना जा तो सुखबीर ना कर लीडर जी देखो थोनों ब्रीफ कर देंगे तो सारा तो वारी वारी इन्हें ना पूछो चीमा साहब ब्रीफ कर दे टैकल करना सारा कुछ और खास तौर ते जिहड़ा किसानां दा मामला किसानां दे मामले च जिस तरह सरकार कैप्टन अमरिंदर सिंह जी ने बिट्रे किया पंजाब के किसान नूं धोखा दिता पंजाब के किसान नूं और करजे माफ़ी के मामले के किसान सरकार जरा भजना चाहती आ वो जिहड़ियां गल्लां असीं कल धरने के रखिया ने ਉਹੀ ਪੰਜਾਬ ਅਸੈਂਬਲੀ ਦੇ ਵਿੱਚ ਸਰਕਾਰ ਨੂੰ ਘੇਰਨਾ ਇਸ ਮਸਲੇ ਦੇ ਵਿੱਚ ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ ਲਾਈਕ ਐਂਡ ਸ਼ੇਅਰ ਦਿਸ ਵੀਡੀਓ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਤੋਂ ਲੈ ਕੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਬਿਜਲੀ ਸਰਪਲਸ ਹੋਣ ਦੇ ਦਾਅਵਿਆਂ ਦੀ ਹਵਾ ਖੁਦ ਪੰਜਾਬ ਪਾਵਰਕੌਮ ਨੇ ਕੱਢ ਦਿੱਤੀ ਹੈ ਕਿ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਸਾਹਮਣੇ ਸਾਲ 2017-18 ਤੋਂ 2019-20 ਲਈ ਮਲਟੀ ਈਅਰ ਟ੍ਰੈਫਿਕ ਨਿਰਧਾਰਨ ਲਈ ਦਾਇਰ ਪਟੀਸ਼ਨ 'ਚ ਬਿਜਲੀ ਉਪਬਲਦਾ ਦਾ ਗਲਤ ਜਾਇਜ਼ਾ ਕਰਕੇ ਸੂਬੇ ਨੂੰ ਸਾਲ ਭਰ ਬਿਜਲੀ ਸਰਪਲਸ ਦਰਸਾਇਆ ਗਿਆ ਸੀ ਜਦਕਿ ਅਸਲੀਅਤ ਇਹ ਹੈ ਕਿ ਚਾਲੂ ਸਾਲ ਦੇ ਜੂਨ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਸੂਬੇ 'ਚ 1509 ਮਿਲੀਅਨ ਯੂਨਿਟ ਬਿਜਲੀ ਦੀ ਕਮੀ ਰਹੇਗੀ ਇਸ ਕਮੀ ਨੂੰ ਦੂਰ ਕਰਨ ਲਈ ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਤੋਂ ਸ਼ੋਰਟ ਟਰਮ ਤੇ ਬਿਜਲੀ ਖਰੀਦ ਦੀ ਮਨਜ਼ੂਰੀ ਮੰਗੀ ਹੈ ਪਾਵਰਕੌਮ ਵੱਲੋਂ ਰੈਗੂਲੇਟਰੀ ਕਮਿਸ਼ਨ ਦੇ ਕੋਲ ਸ਼ੋਰਟ ਟਰਮ ਬਿਜਲੀ ਖਰੀਦਣ ਲਈ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਚਾਲੂ ਸਾਲ ਦੌਰਾਨ ਬਿਜਲੀ ਉਪਲਬਧਤਾ ਦੇ ਮੁਕਾਬਲੇ ਸੂਬੇ 'ਚ 1 ਤੋਂ 4 ਜੂਨ ਤੱਕ 62 ਮਿਲੀਅਨ ਯੂਨਿਟ ਤੱਕ 15 ਤੋਂ 30 ਜੂਨ ਤੱਕ 378 ਮਿਲੀਅਨ ਯੂਨਿਟ 1 ਤੋਂ 15 ਸਤੰਬਰ ਤੱਕ 117 ਮਿਲੀਅਨ ਯੂਨਿਟ ਤੱਕ ਬਿਜਲੀ ਦੀ ਕਮੀ ਰਹੇਗੀ ਉਧਰ ਬਿਜਲੀ ਦੀ ਇਸ ਕਮੀ ਕਰਕੇ ਹੁਣ ਤੋਂ ਹੀ ਉਸ ਕਿਸਾਨਾਂ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ ਦਾ ਕਮ ਸੇ ਕਮ ਦਸਾਂ ਮੋਟਰਾਂ ਦੇ ਤੁਸੀਂ ਆਪੀ ਆਪਣਾ ਅੰਦਾਜ਼ਾ ਲਾ ਲਓ ਵੀ ਕਿਤਨਾ ਕਿੰਨਾ ਨੁਕਸਾਨ ਹੋਇਆ ਕਿਸੇ ਦੇ ਕਿਸੇ ਵੀ ਜ਼ਿਮੀਂਦਾਰ ਦੀ ਪਨੀਰੀ ਨਹੀਂ ਬੀਜੀ ਗਈ ਸਾਰੀ ਦਾ ਸਾਰੇ ਜ਼ਿਮੀਂਦਾਰ ਇੰਜਰਾਂ 'ਤੇ ਪਨੀਰੀ ਪਾਲ ਰਹੇ ਆ ਇੰਜਰਾਂ ਦਾ ਡੀਲ ਖਰਚਾ ਕੌਣ ਦੇਗਾ ਕੀ ਇਹ ਪ੍ਰਸ਼ਾਸਨ ਜ਼ਿਮੀਂਦਾਰ ਨੂੰ ਇਹ ਖਰਚਾ ਦੇਣ ਨੂੰ ਤਿਆਰ ਹੈਗੇ ਆ ਘੱਟ ਤੋਂ ਘੱਟ ਵੀ 100 ਕਿੱਲਾ ਜ਼ਮੀਨ ਇਹ ਟਰਾਂਫਾਰਮ ਤੋਂ ਪਾਲ ਰਹੀ ਹੈ ਇਹ ਟਰਾਂਫਾਰਮ ਅੱਗੇ ਬੱਤੀ ਨਹੀਂ ਜਾ ਰਹੀ ਜ਼ਮੀਨ ਜ਼ਿਮੀਂਦਾਰ ਜ਼ਮੀਨ ਕਿਸ ਤਰ੍ਹਾਂ ਪਾਲੇਗਾ ਇਹ ਟਰਾਂਫਾਰਮ 1.5-2 ਮਹੀਨੇ ਤੋਂ ਨਹੀਂ ਚੱਲ ਰਿਹਾ ਕਿਸਾਨ ਤਾਂ ਅੱਜ ਕੱਲ੍ਹ ਬਹੁਤ ਹੀ ਕਰਜ਼ਾਈ ਹੈ ਤੇਲ ਪੂ ਕੇ ਆਪਣਾ ਹੋਰ ਕਰਜ਼ਾ ਆਪਣੇ ਸਿਰ 'ਤੇ ਚੜ੍ਹਾ ਰਿਹਾ ਇਸ ਤੋਂ ਮਹਿਸੂਸ ਹੁੰਦਾ ਆ ਵੀ ਉਹ ਕਿਸਾਨ ਆਪਣਾ ਖੁਦਕੁਸ਼ੀ ਕਰੇ ਨਾ ਕਰੇ ਖੁਦਕੁਸ਼ੀ ਕਰਨ 'ਤੇ ਮਜਬੂਰ ਹੋ ਰਿਹਾ ਪ੍ਰਸ਼ਾਸਨ ਇਹ ਕੰਮ 'ਤੇ ਧਿਆਨ ਨਹੀਂ ਦੇ ਰਿਹਾ ਅਣਗਲੀ ਕਰ ਰਿਹਾ ਮੈਂ ਤਾਂ 2 ਮਹੀਨੇ ਤੋਂ ਛੁੱਟੀ 'ਤੇ ਸੀਗਾ ਮੈਂ 6 ਤਰੀਕ ਨੂੰ ਜੁਆਇਨ ਕੀਤਾ ਸੀਗਾ 7 ਤਰੀਕ ਨੂੰ 8 ਤਰੀਕ ਨੂੰ ਮੈਨੂੰ ਮਿਲੇ ਸੀ ਅਤੇ 10 ਤਰੀਕ ਨੂੰ ਮੈਂ ਕੱਲ੍ਹ ਟਰਾਂਸਫਾਰਮਰ ਲੈ ਕੇ ਅਤੇ ਉਹਨਾਂ ਦੇ ਉੱਥੇ ਬਦਲਣ ਗਿਆ ਸੀ ਪਰ ਉਹਨਾਂ ਨੇ ਸਾਨੂੰ ਬਦਲ ਨਹੀਂ ਦਿੱਤਾ ਅਸੀਂ ਉਹਨਾਂ ਦੇ ਇੱਕ ਦਿਨ ਦੇ ਵਕਫੇ ਤੋਂ ਬਾਅਦ ਹੀ ਅਸੀਂ ਉਹਨਾਂ ਦਾ ਟਰਾਂਸਫਾਰਮਰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕੱਲ੍ਹ ਲੈਣ ਗਏ ਸੀ ਕਹਿੰਦੇ ਐਤਵਾਰ ਨਹੀਂ ਤੁਸੀਂ ਸੋਮਵਾਰ ਬਦਲਿਓ ਅੱਜ ਅਸੀਂ ਉਹਨਾਂ ਦਾ ਬਦਲੋ ਨਹੀਂ ਤੁਸੀਂ ਸ਼ੱਕ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਫਸਲ ਨੂੰ ਤਾਂ ਪਾਣੀ ਲੱਗਾ ਹੀ ਹੈ ਉਹਨਾਂ ਨੇ ਇੱਕ ਦੂਜੀ ਸਾਈਡ ਤੋਂ ਵੀ ਲਾਈਟ ਲਈ ਕੇ ਚਲਾ ਰਹੇ ਸੀਗੇ ਅਤੇ ਉੱਧਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਜਲੰਧਰ ਦੇ ਕਾਂਗਰਸੀਆਂ ਨੂੰ ਮਿਲਣ ਆਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਤੇ ਜੰਮ ਕੇ ਨਿਸ਼ਾਨੇ ਸਾਧੇ ਇਸ ਮੌਕੇ ਉਹਨਾਂ ਕਿਹਾ ਕਿ ਅਕਾਲੀ ਕਿਸਾਨਾਂ ਦੇ ਕਰਜ਼ੇ ਦੀ ਮਾਫ਼ੀ ਨੂੰ ਲੈ ਕੇ ਧਰਨੇ ਦੇ ਰਹੇ ਨੇ ਪਰ ਇਸ ਮੁੱਦੇ ਤੇ ਉਦੋਂ ਉਹਨਾਂ ਨੇ ਕੁਝ ਨਹੀਂ ਬੋਲਿਆ ਜਦੋਂ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਕੇਂਦਰ ਵਿੱਚ ਵੀ ਉਹਨਾਂ ਦੀ ਭਾਈਵਾਲ ਪਾਰਟੀ ਦੀ ਸਰਕਾਰ ਸੀ ਫਿਰ ਵੀ ਅਕਾਲੀ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਵਿੱਚ ਅਸਫਲ ਰਹੇ ਨੇ ਉਹਨਾਂ ਕਿਹਾ ਕਿ ਕਾਂਗਰਸ ਨੇ ਜੋ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਬਾਅਦ ਪਹਿਲੀ ਦਫਾ ਜਲੰਧਰ ਦੇ ਸਾਡੇ ਕਾਂਗਰਸ ਦੇ ਵਰਕਰ ਸਾਥੀ ਸਾਡੇ ਸੀਨੀਅਰ ਆਗੂ ਸਾਹਿਬਾਨ ਨਾਲ ਅੱਜ ਇੰਟਰੈਕਸ਼ਨ ਕਰਨ ਦੇ ਬਹਾਨੇ ਇੱਥੇ ਆਉਣਾ ਹੋਇਆ ਅਤੇ ਜਿਸ ਕਿਸਮ ਦਾ ਜੋਸ਼ ਉਤਸ਼ਾਹ ਤੁਸੀਂ ਦੇਖ ਰਹੇ ਹੋ ਉਹਨਾਂ ਨਾਲ ਬੈਠ ਕੇ ਆਉਣ ਵਾਲੇ ਇਲੈਕਸ਼ਨਸ ਨੂੰ ਲੈ ਕੇ ਇਸ ਬਜਟ ਸੈਸ਼ਨ ਨੂੰ ਲੈ ਕੇ ਉਹਨਾਂ ਦੇ ਜੋ ਸੁਝਾਅ ਹੈ ਕਾਰਪੋਰੇਸ਼ਨ ਦੇ ਇਲੈਕਸ਼ਨਸ ਵੀ ਆ ਰਹੇ ਮਿਊਨਸੀਪਲ ਇਲੈਕਸ਼ਨਸ ਵੀ ਉਹਨਾਂ 'ਤੇ ਆਪਸ 'ਚ ਵਿਚਾਰ ਵਿਮਰਸ਼ ਕਰਨ ਵਾਸਤੇ ਅੱਜ ਇੱਥੇ ਜਲੰਧਰ ਵਿੱਚ ਆਏ ਦੇਖੋ ਮੀਰੀ ਪੀਰੀ ਦੇ ਸਿਧਾਂਤ ਨੂੰ ਇੱਕ ਪਾਸੇ ਕਰਕੇ ਆ ਜੋ ਕੁਛ ਹੋ ਰਿਹਾ ਉਹ ਮੈਂ ਸਮਝਦਾ ਨਾ ਧਰਮ ਵਾਸਤੇ ਚੰਗਾ ਹੈ ਅਤੇ ਨਾ ਡੈਮੋਕ੍ਰੇਸੀ ਵਾਸਤੇ ਰਾਜਨੀਤੀ ਵਾਸਤੇ ਆ ਚੰਗਾ
ਇੱਕ ਪਾਸੇ ਇਹਨਾਂ ਦੇ ਜਿਹੜੀ ਭਾਈਵਾਲ ਪਾਰਟੀ ਹੈ BJP, ਉਹਨਾਂ ਦੇ RSS ਨੇ ਵੀ ਪੂਰੇ ਹਿੰਦੁਸਤਾਨ 'ਚ ਜਿਸ ਤਰ੍ਹਾਂ ਧਰਮ ਅਤੇ ਰਾਜਨੀਤੀ ਦਾ ਮੇਲ ਕਰਤਾ, ਉਸੇ ਤਰ੍ਹਾਂ ਉਹਨਾਂ ਦੇ ਦਿਖਾਏ ਹੋਏ ਰਸਤੇ 'ਤੇ ਚੱਲਦੇ ਹੋਏ ਹੁਣ ਇੱਥੇ ਪੰਜਾਬ ਦੇ ਅੰਦਰ ਜੋ ਕੁਛ ਹੋ ਰਿਹਾ ਸਾਰੇ ਪੰਜਾਬੀਆਂ ਵਾਸਤੇ ਬਹੁਤ ਹੀ ਗਹਿਰੀ ਚਿੰਤਾ ਦਾ ਵਿਸ਼ਾ ਹੈ। ਦੇਖੋ ਆ ਇੱਕ ਦੂਜੇ ਦੇ ਜਦੋਂ SGPC ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਦੇ ਬਾਦਲ 'ਚੋਂ ਲਿਫਾਫੇ 'ਚੋਂ ਨਿਕਲਦੇ ਹੋਏ ਉੱਥੇ ਇਹਨਾਂ ਗੱਲਾਂ ਦਾ ਕਿਸੇ ਵੀ ਤੋਂ ਓਹਲਾ ਹੈ ਨਹੀਂ ਵੀ ਕੌਣ ਕਿਹਦੇ ਕੰਟਰੋਲ ਕਰ ਰਿਹਾ, ਪਰ ਹੁਣ ਮੈਨੂੰ ਲੱਗਦਾ ਵੀ ਦੇਰ ਇਜ਼ ਡੈਫੀਨੇਟਲੀ ਅ ਪਾਵਰ ਟਸਲ ਅੱਪ 'ਚ ਜਾ ਰਿਹਾ। ਹੋ ਸਕਦਾ ਬਡੂੰਗਰ ਸਾਹਿਬ ਨੂੰ ਲੱਗ ਰਿਹਾ ਹੋਇਆ ਵੀ ਸੁਖਬੀਰ ਜੀ ਦੀ ਜਾਂ ਅਕਾਲੀ ਦਲ ਦੀ ਪੋਜੀਸ਼ਨ ਕਮਜ਼ੋਰ ਹੋ ਰਹੀ ਹੈ ਅਤੇ ਇੱਕ ਨਵੇਂ ਲੀਡਰ ਦੇ ਤੌਰ 'ਤੇ ਸ਼ਾਇਦ ਉੱਭਰ ਕੇ ਆਪਣੇ ਆਪ ਨੂੰ ਸਾਹਮਣੇ ਪੇਸ਼ ਕਰ ਰਹੇ। ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਜੋਗੇਵਾਲਾ ਬੇਦੀਆ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਭੇਦ ਭਰੀ ਹਾਲਤ 'ਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਂਟ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਅੱਗ ਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਬੜੀ ਜੱਦੋ ਜਹਿਦ ਨਾਲ ਅੱਗ 'ਤੇ ਕਾਬੂ ਪਾ ਲਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਲਾਨੌਰ ਥਾਣੇ ਦੇ ਪਿੰਡ ਆ ਜੋਗੇਵਾਲ ਬੇਦੀਆਂ, ਇੱਥੇ ਗੁਰਦੁਆਰਾ ਸਾਹਿਬ ਆ, ਥੋੜ੍ਹੇ ਘਰਾਂ ਨੇ ਆਪੇ ਰਲ ਕੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਇਮਾਰਤ ਬਣਾਈ ਹੋਈ ਆ ਅਤੇ ਰੋਜ਼ ਦੀ ਤਰ੍ਹਾਂ ਇੱਥੇ ਇਹਨਾਂ 4 ਵਜੇ ਜਿਹੜਾ ਵਾ ਨਿਤਨੇਮ ਵਾਸਤੇ ਭਾਈ ਨੱਥਾ ਸਿੰਘ ਜਿਹੜੇ ਬਖਸ਼ੀਵਾਲ ਦੇ ਆ ਆਏ ਆ, ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਵਾ, ਮੁੜ ਕੇ 6 ਵਜੇ ਤੱਕ ਸਾਰੇ ਨਿਤਨੇਮ ਕਰਕੇ ਅਤੇ ਉਹਨਾਂ ਤਾਲਾ ਮੇਨ ਮਾਰ ਕੇ ਸੰਗਤ ਵੀ ਚਲੇ ਗਈ ਆਪਣੇ ਕੰਮ ਕਰ ਦੇ ਸੰਬੰਧ 'ਚ, ਅਤੇ ਜਿਹੜਾ ਮੇਨ ਗ੍ਰੰਥੀ ਸੀਗਾ ਉਹ ਵੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਚਲੇ ਗਿਆ। ਜਿਹੜੇ ਸਾਹਮਣੇ ਘਰ ਵਾਲੇ ਆ ਉਹਨਾਂ ਦੇਖਿਆ 8 ਵਜੇ ਗੁਰਦੁਆਰੇ ਦੀ ਇਮਾਰਤ ਦੇ ਤਰੇ ਦੇ ਵਿੱਚੋਂ ਦੀ ਧੂੰਆਂ ਨਿਕਲਣ ਡਿਆ ਵਾ, ਉਹਨਾਂ ਫਿਰ ਸਾਰਿਆਂ ਰੌਲਾ ਪਾਇਆ ਅਤੇ ਮੇਨ ਦਰਵਾਜ਼ਾ ਜਿਹੜਾ ਵਾ ਉਹਦਾ ਤਾਲਾ ਤੋੜ ਕੇ ਅੰਦਰ ਗਏ ਅਤੇ ਉੱਥੇ ਧੂੰਆਂ ਧੂੰਆਂ ਹੋਇਆ ਸੀਗਾ ਅਤੇ ਅੱਗ ਲੱਗੀ ਸੀਗੀ। ਉਹਨਾਂ ਵੇਖਿਆ ਵੀ ਉਹ ਜਿਹੜਾ ਬਿਜਲੀ ਦੇ ਸ਼ੋਰਟ ਸਰਕਟ ਹੋਣ ਕਾਰਨ ਜਿਹੜੀ ਇਹ ਅੱਗ ਲੱਗੀ ਆ, ਜਿਹਦੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਦੇਹ ਜਿਹੜੀ ਅਗਨ ਭੇਟ ਹੋ ਗਈ ਅਤੇ ਪਾਲਕੀ ਸਾਹਿਬ ਨੂੰ ਵੀ ਅੱਗ ਦੀ ਲਪੇਟ 'ਚ ਆ ਗਈ ਸੀ ਅਤੇ ਉਹਦੇ ਕੱਪੜੇ ਵਗੈਰਾ ਵੀ ਜਲ ਗਏ ਸੀ। ਇਹ ਜਿਹੜਾ ਵਾ ਹਾਦਸਾ ਬਿਜਲੀ ਦੇ ਸ਼ੋਰਟ ਸਰਕਟ ਹੋਣ ਕਰਕੇ ਹੋਇਆ ਵਾ, ਇਹ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਵਾ। ਅਤੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਵੀ ਆਏ ਆ, ਉਹਨਾਂ ਨੇ ਆਪਣੇ ਰਹਿਤ ਮਰਿਆਦਾ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਦੇਹ ਆ ਉਹਨੂੰ ਚੁੱਕ ਲਿਆ ਵਾ ਅਤੇ ਜਿਹੜੀ ਸੰਗਤ ਆ ਉਹ ਇੱਥੇ ਮੌਜੂਦ ਆ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.